stupida. ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ। ਤੇ ਦਿਨ ਹੈਗਾ ਅੱਜ ਕੀ ਦਿਨ ਆ ਬਈ? ਬੁੱਧਵਾਰ ਦਾ। ਤਰੀਕ ਹੈਗੀ ਅੱਜ ਕਿੰਨੀ ਤਰੀਕ ਆ? 9 ਤਰੀਕ। ਅੱਛਾ, ਦਿਨ ਬੁੱਧਵਾਰ, ਤਰੀਕ ਸੋਮਵਾਰ। ਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ ਤੁਸੀਂ ਸਾਰੇ? ਵਧੀਆ। ਠੀਕ ਨੇ? ਤੁਸੀਂ ਨੀ ਠੀਕ? ਮੈਂ ਵੀ ਠੀਕ ਆ, ਮੈਂ ਵੀ ਠੀਕ ਆ। ਮੈਂ ਇੱਕ ਬੰਦਾ ਆਪਣੇ ਕੋਲੇ, ਮੈਂ ਉਹਨੂੰ ਕਿਹਾ ਵੀ ਤੂੰ ਬਲੌਗ ਸ਼ੁਰੂ ਕਰ, ਵੀ ਤੂੰ ਬਲੌਗ ਸ਼ੁਰੂ ਕਰ, ਹੈ ਨਾ। ਉਹਨਾਂ ਦਾ ਮੋੜ ਕੇ ਜਵਾਬ ਪਤਾ ਕੀ ਸੀ? ਜਿਹੜਾ ਮੈਂ ਸ਼ੁਰੂ ਦੇ ਵਿੱਚ ਹੱਸਦੀ ਸੀ, ਉਹ ਤੂੰ ਵੀਡੀਓ ਬਣਾ ਲਾ, ਮੇਰਾ ਨਾ ਸਿਰ ਖਾਈ, ਨਾ ਮੇਰਾ ਨਾ ਦਿਮਾਗ ਖਾਈ, ਮੈਨੂੰ ਨਹੀਂ ਬੋਲਣਾ ਆਉਂਦਾ, ਮੇਰਾ ਨਾ ਦਿਮਾਗ ਖਾਈ। ਮੈਂ ਹੁਣ ਇਹਨਾਂ ਨੂੰ ਕਿਹਾ ਵੀ ਮੈਂ ਵਿਹਲੀ, ਤੁਸੀਂ ਕਰੋ ਕੰਮ, ਠੀਕ ਆ। ਹੁਣ ਤੁਸੀਂ ਕੰਮ ਕਰੋ, ਮੈਂ ਜਮਾਂ ਜਮਾਂ ਵਿਹਲੀ। ਆਪਾਂ ਕੁਰਸੀ 'ਤੇ ਬੈਠੇ ਆਰਾਮ ਨਾਲ, ਪੂਰੀ ਧੌਂਸ ਜਮਾਵਾਂਗੇ। ਹੁਣ ਮੈਂ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਕਿਹਾ ਸੀ ਨਾ ਵੀ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ੍ਹ ਦਾ। ਮੈਂ ਹੁਣ ਇਹਨਾਂ ਨੂੰ ਕਿਹਾ ਭਾਈ ਤੁਸੀਂ ਆਪਦੀ ਸਾਰੀ ਡੋਰ ਸੰਭਾਲ ਲਓ ਘਰ ਦੀ, ਕੰਮ ਦੀ। ਕਹਿੰਦੇ ਤੇਰਾ ਕਿੱਧਰ ਲੱਭੀ ਜਾ ਗਿਆ। ਬੈਕ ਕੈਮਰੇ ਨਾਲ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਂਦੇ ਹਾਂ। ਲੈ ਮਾਰੋ ਵੀ ਇੱਧਰ ਨੂੰ, ਹੈਲੋ ਹਾਏ। ਆ ਦੇਖ ਤਾਂ ਲੈ ਗੁਰੂ ਇੱਧਰ, ਕੋਈ ਤਾਂ ਦੱਸ ਲੈ, ਦੱਸ ਕੀ ਫੇਰ ਕੀ ਹੋ ਗਿਆ? ਚਾਚੇ ਦੀ ਬਣਾ ਦੂੰਗੀ। ਹੈਲੋ ਹਾਏ ਤਾਂ ਕਰਦੇ, ਸਤਿ ਸ੍ਰੀ ਅਕਾਲ ਕਰਦੇ ਚੱਲ। ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਜ ਆਪਾਂ ਧੋਵਾਂਗੇ ਸਾਰੇ ਭਾਂਡੇ, ਕਿਚਨ ਦੇ ਸਾਰੇ ਕੱਢ। ਯਾਰ ਇਹ ਭਾਂਡੇ ਆਪਾਂ ਕਦੋਂ ਵਰਤਦੇ ਹੁੰਦੇ ਆ? ਹਾਏ ਗੁਲਜ਼ਾਰ। ਹਾਂਜੀ ਵੀ, ਇੰਨੇ ਭਾਂਡੇ ਆਪਾਂ ਰੋਜ਼ ਵਰਤਦੇ ਆ, ਤੁਹਾਨੂੰ ਪਤਾ ਸੋਚਿਆ ਸੀ ਵਰਤਦੇ ਤਾਂ ਹੈ ਹੀ। ਇਹਨਾਂ ਦਾ ਆਪਾਂ ਕੀ ਕਰਾਉਣਾ ਹੁੰਦਾ? ਛੰਨੇ ਦਿਖਾਵਾਂ ਤੁਹਾਨੂੰ? ਛੰਨੇ ਆ ਦੇਖੋ, ਛੰਨੇ ਆਪਾਂ ਕੀ ਕਰਨਾ? ਜਿਹੜੇ ਖਾਸ ਭਾਂਡੇ ਨੇ ਰੱਖ ਦੋ, ਤਾਂਬੇ ਦੇ ਜੱਗ ਚ। ਨਾਲੇ ਮੈਨੂੰ ਸਪੈਸ਼ਲ ਕਿਹਾ ਹੋਇਆ ਵੀ ਤਾਂਬੇ ਦੇ ਜੱਗ ਚ ਪਾਣੀ ਭਰ ਕੇ ਰੱਖ ਕੇ ਪੀਆ ਕਰੋ। ਜੇ ਆਪਾਂ ਇਹੋ ਜਿਹੀ ਚੀਜ਼ਾਂ ਵਰਤਣ ਲੱਗ ਗਏ ਫਿਰ ਤਾਂ ਬਿਮਾਰੀ ਰਹਿ ਜੂ, ਨਾ ਵੀ ਲਿਖਿਆ ਇਹਦੇ ਤੇ ਜੀ ਐਸ ਲਿਖਿਆ ਹੋਇਆ ਜੀ। ਤੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਬਣਾਓ ਨਾ ਵੀ ਇੱਕ ਹੈ ਨਾ ਉਹ ਕੰਸ ਜੀ ਬਣਾ ਲਓ ਬਸ, ਖੁੱਲੀ ਜਿਹਦੇ ਤੇ ਰੋਜ਼ ਹੱਥ ਫਿਰ ਜਾਵੇ, ਹੈ ਨਾ। ਹਾਂ, ਬਰਤਨ ਜੋਗੇ ਉਹਦੇ 'ਚ ਭਾਂਡੇ ਰੱਖੋ ਵੀ ਕੀ ਹੈ ਮੈਂ ਕਦ ਕਿਹਾ ਸੀ ਮੈਂ ਤੋੜੋ ਮੈਂ ਕਿੱਥੇ ਗੁੱਸਾ ਕਰਦੀ, ਮੈਂ ਕਦੇ ਗੁੱਸਾ ਕੀਤਾ ਬਾਈ? ਮੈਂ ਗੁੱਸੇ ਕੋਲ ਹੈ ਹੀ ਨੀ, ਜੇ ਮੈਂ ਗੁੱਸੇ ਨਾ ਮੈਨੂੰ ਕੋਈ ਸ਼ਿਮਲੇ ਲੈ ਕੇ ਜਾਵੇ, ਨਾ ਕੋਈ ਮੈਨੂੰ ਪੇਕੇ ਲੈ ਕੇ ਜਾਵੇ, ਮੈਂ ਤਾਂ ਇੱਥੇ ਹੀ ਲੈ ਕੇ ਜਾਂਦਾ। ਸਿਮਰੇ ਨੇ ਪੇਕੇ ਵੀ ਤਿੱਤ ਲੈ ਕੇ ਜਾਂਦਾ ਬਾਈ, ਆਏ ਪਤਾ ਲੱਗਦਾ ਹੁੰਦਾ ਜਾਂਦਾ, ਉਹ ਲੈ ਕੇ ਜਾਂਦਾ ਲਈ, ਉਹ ਤੇ ਮੇਰੇ ਸਾਹਮਣੇ ਦੇਖਦੀ ਰਹਿੰਦੀ, ਉਹ ਦੇਖ ਕੌਣ ਜਾਂਦੀ ਸੱਚੀ ਰੋਟੀ ਆ। ਲੋ ਇਹਨਾਂ ਦੀਆਂ ਗੱਲਾਂ ਵੀ ਅੱਜ ਗਈ ਹੈ, ਅੱਜ ਗਈ ਇਹ ਨਹੀਂ, ਇਹ ਤਾਂ ਸਟੀਲ ਦੀ, ਪਤਾ ਨਹੀਂ ਕਹੇ ਨੇ, ਕਹਿੰਦੇ 5 ਨੇ, ਪਤਾ ਨਹੀਂ 4 ਨੇ। ਡੱਬਾ ਬਣਦਾ ਇਹ? ਨਾ ਕੋਈ ਵੱਡੇ ਛੋਟੇ ਨੇ ਇਹ? ਆਪ ਨਹੀਂ ਵੱਡੇ ਛੋਟੇ ਨੇ, ਖਾਲੀ ਇੱਕੋ ਜਿਹੇ ਨੇ, ਪਤਾ ਨਹੀਂ ਵੀ ਉਹ ਡੱਬੇ ਚ ਨਹੀਂ ਬੰਦ ਹੁੰਦੇ। ਨਾ ਨਾ ਨਾ, ਇਹ ਤਾਂ ਇੱਕ ਨੇ, ਇਹ ਆਪਣੇ ਉਪਣੇ ਨਹੀਂ ਭਾਈ ਖਰੀਦੇ ਹੋਏ, ਇਹ ਵੰਡੇ ਚ ਆਏ ਹੋਏ ਨੇ। ਇਹ ਨਾ ਮੈਂ ਖਰੀਦੇ ਨੇ, ਬੇਬੇ ਦੇ ਵੀ ਨਹੀਂ ਹੈਗੇ, ਬੇਬੇ ਸਾਡੀ ਨੇ ਨਹੀਂ ਭਾਂਡੇ ਭੁੰਡੇ, ਬੇਬੇ ਸਾਡੀ ਸੋਮਣੀ ਸੀਗੀ, ਉਹ ਚੀਜ਼ ਘੱਟ ਖਰੀਦਦੀ ਸੀ।
पता नहीं बंडे चाह गए खानी नहीं आए भी नहीं बंडे भांडे नहीं सी बंडे वो तो उही जड़े रह गए रह गए बस चार ही हो गए मैं बाकी एक दिखा दी बाकी आ फीड वाली फीड वाले थैले चो निकलते होंगे एक ये निकली एक जी आप प्लेटा जिन्होंने डेली रोटी खाने एक होर ने सत अठ प्लेटा वह बाली बेसजिया जी आ बाबे वाली हट्टी चो निकलते होंगे ना जी पता नहीं कि फीड सी चो निकलद होंगे वह मेरी और रखे मैं कहने थले अलमारी चीज वह अलमारी चो तो नहीं कट कर अद्धे भांडे लैके आए ने तो ही भांडे थोड़े जे लगते हैं इन्होंने अद्धे भांडे लिया चलो भाई आप वेले हाँ इन्हों का करन तो कम मेरे वाल औखा औखा झाकते चाह करके देव इन्हों अज तक खुशी आंटी चाह करके दे दिए ठीक है निकी जी गड़बी ये चौंधी आ गड़बी लीकस हुई हुई है लीकस ये चोण वाले भांडे रखे चाह बना ली ने तो कह लेना फोन लेके फिरी जाती है कम नहीं कराती जब नशा डाउन हो चाह बना ली पीला पीला चाह होर मेनू कहते चाह पीला चाह पीने भुल जी मैं सारे काम भुल सकती हूँ चाह पीनी नहीं भुल सकती चाह चाह बिना नहीं आप रह सकते जे मैं चाह ना बनावा फिर ये कहते चाह बना ला नहीं अपना हूं दोबारा लग गए फिर मेनू कहते वोटा आलिया की कर दे मशहूरी कर दे मैं मशहूरी कर दे वोटा की हाल चाल ने थोड़े पिंडा दे विच सरपंची दा साढ़े दा मेरे तो कुछ चंगी तरह पता जा नहीं लग्या जा तो दोबारा दसो वॉशिंग पाउडर ने की आ चोर ने शहर की है ट्रैक्टर ता ही कहते ट्रैक्टर लिया
ਮੂੰਹ ਥੋੜੀ ਲਿਆਂਦਾ ਸੱਚੀ ਵਿੱਚੀ ਲੈ ਇਹਨਾਂ ਨੇ ਪੋਸਟਰ ਫੜਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਪਤਾ ਲੱਗਿਆ ਤੁਹਾਨੂੰ ਸਾਡੇ ਪਿੰਡ ਤਾਂ ਕੁਛ ਕਹਿੰਦੇ ਹੈ ਨੀ ਠੰਡਾ ਹੀ ਆ ਮਾਹੌਲ ਪੈਸੇ ਵਾਲੇ ਦੀ ਸਰਪੰਚ ਹੀ ਵੈਸੇ ਤੁਸੀਂ ਕਾਹਦੇ ਨਾਲ ਜੋਖੋਗੇ ਦੇਖੋ ਜੀ ਵੋਟਾਂ ਦੇ ਵਿੱਚ ਕੋਈ ਜਿੱਤੇ ਕੋਈ ਹਾਰੇ ਕੋਈ ਬਣੇ ਕੋਈ ਨਾ ਬਣੇ ਠੀਕ ਆ ਆਪਾਂ ਤਾਂ ਉਸੇ ਗਾਰੇ ਚ ਹੀ ਲੰਘਣਾ ਸਾਡੇ ਨਿਆਣਿਆਂ ਨੇ ਤਾਂ ਮੀਂਹ ਪੈਂਦੇ ਦੇ ਵਿੱਚ ਜਦੋਂ ਮੀਂਹ ਪੈਂਦਾ ਸਾਡੇ ਤਾਂ ਇਹੀ ਫਿਕਰ ਹੁੰਦੀ ਆ ਵੀ ਨਿਆਣੇ ਅੱਜ ਸਕੂਲ ਜਾਣਗੇ ਜਾਂ ਨਹੀਂ ਜਾਣਗੇ ਜੇ ਮਤਲਬ ਇਹ ਛੱਡੇ ਆਉਂਦੇ ਨੇ ਪਰ ਇਹ ਛੁੱਟੀ ਨੀ ਜੇ ਨਿਆਣਿਆਂ ਨੂੰ ਵੀ ਚਾਹ ਹੋ ਜੂ ਨਾ ਮੀਂਹ ਪੈਂਦੇ ਚ ਵੀ ਹਾਂ ਇਹ ਤਾਂ ਮੋਢੇ ਚ ਮੋਢੇ ਚ ਪਾਉਂਦੇ ਬੈਗ ਇੱਕ ਵਾਰੀ ਜੇ ਯਾਰ ਆਪਣਾ ਛੋਟਾ ਜਿਹਾ ਸੀਗਾ ਉਦੋਂ ਉਹ ਮੀਂਹ ਪੈਂਦਾ ਸੀ ਹਨਾ ਇਹਨਾਂ ਨੇ ਉਹਨੂੰ ਫੋਨ ਕਰਤਾ ਬਲਵਿੰਦਰ ਨੂੰ ਵੀ ਚੱਲ ਤੈਂ ਜੇ ਤੈਂ ਗੱਡੀ ਕੱਢੀ ਤੂੰ ਹੀ ਬਿਠਾ ਲਈ ਜਜ਼ਾਰ ਨੂੰ ਵੀ ਹਨਾ ਉਹ ਕਹਿੰਦਾ ਵੀਰੇ ਚੱਲ ਕੋਈ ਗੱਲ ਨਹੀਂ ਵੀ ਮੈਂ ਉਹ ਨਾ ਕੁੜੀ ਨਿਆਣੇ ਉਹਨਾਂ ਦੇ ਜਾਂਦੇ ਸੀ ਦੋਏ ਤਿੰਨੇ ਚਾਰੇ ਜਾਂਦੇ ਸੀਗੇ ਨਹੀਂ ਜਦ ਤਾਂ ਹੁਣ ਦੋ ਜਾਂਦੇ ਨੇ ਹਨਾ ਆ ਆਪਣੇ ਇਹਨਾਂ ਦੇ ਕੰਮੇ ਗਏ ਭਾਈ ਉਹ ਕਹਿੰਦਾ ਬਲਵਿੰਦਰ ਕਹਿੰਦਾ ਕੋਈ ਨਾ ਵੀਰੇ ਮੈਂ ਲੈ ਆਊਂ ਹਨਾ ਵੀ ਮੈਂ ਗੱਡੀ ਕੱਢਣੀ ਆ ਵੀ ਕੋਈ ਗੱਲ ਨਹੀਂ ਮੇਰੇ ਵਾਲੀ ਤਾਂ ਹੁਣ ਲਿਬੜੀ ਹੋਈ ਆ ਵੀ ਤੂੰ ਕੱਲ੍ਹ ਵੇੜਨੀ ਆ ਚੱਲ ਜੀ ਚ ਘਰੇ ਤਾਂ ਆ ਗਿਆ ਜਜ਼ਾਰ ਹਾਏ ਰੱਬਾ ਘਰੇ ਆਏ ਤੇ ਜਜ਼ਾਰ ਨੇ 2 ਘੰਟੇ ਉਹ ਸਾਡਾ ਰਾਟ ਪਾ ਪਾ ਕੇ ਸਾਨੂੰ ਦੁਖੀ ਕੀਤਾ ਕਹਿੰਦਾ ਲਈ ਕਾਸ ਨੂੰ ਗੱਡੀ ਮੇਰੇ ਵਾਸਤੇ ਤੁਸੀਂ ਗੱਡੀ ਨਹੀਂ ਕੱਢ ਮੈਂ ਕਿਹਾ ਗੁਰੂ ਤੂੰ ਕਿਹੜਾ ਤੁਰ ਕੇ ਆਇਆ ਤੂੰ ਕਿਹੜਾ ਭਿੱਜ ਕੇ ਆਇਆ ਤੇਰਾ ਚਾਚਾ ਤੈਨੂੰ ਘਰੇ ਗੱਡੀ 'ਚ ਛੱਡ ਕੇ ਗਿਆ ਹੈ ਵੀ ਘਰੇ ਬਕਾਇਦਾ ਤੈਨੂੰ ਉਹ ਲਾ ਕੇ ਗਏ ਨੇ ਗੇਟ ਦੇ ਨਾਲ ਗੱਡੀ ਲਾ ਕੇ ਪੱਕੇ 'ਚ ਵੀ ਤੂੰ ਨਾ ਆਪਣੀ 'ਚ ਆਉਣਾ ਸੀ ਆਪਣੀ ਗੱਡੀ 'ਚ ਆਉਣਾ ਸੀ ਮੈਂ ਤਾਂ ਆਪਣੀ ਗੱਡੀ ਨਿਆਣਾ ਸੀਗਾ ਉਹ ਤਾਂ ਬੜਾ ਛੋਟਾ ਸੀਗਾ ਬਿੰਦੀਆਂ ਲਾਈਆਂ ਹੋਈਆਂ ਉੱਤੇ ਇਹਨੇ ਕਾਗਜ਼ ਆ ਉਹ ਤਾਂ ਪਲਾਸਟਿਕ ਆ ਇਹ ਡੱਬੀਆਂ ਪਤਾ ਨਹੀਂ ਕਾਹਦੀਆਂ ਸੀਗੀਆਂ ਹੁਣ ਵੀ ਜਿਹਨਾਂ ਨੂੰ ਭਾਂਡੇ ਧੋਣ ਦੀ ਜ਼ਿੰਮੇਵਾਰੀ ਦਿੱਤੀ ਆ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਹੁਣ ਮੈਨੂੰ ਇਹ ਨਹੀਂ ਕਹਿ ਸਕਦੇ ਤੂੰ ਕੰਮ ਨਹੀਂ ਕੀਤਾ ਗਾ ਰੋ ਮੈਂ ਇੱਕ ਨਹੀਂ ਮਾਰਿਆ ਜਿੰਨੇ ਭਾਂਡੇ ਤੁਸੀਂ ਧੋਤੇ ਆ ਵਿਹਲੇ ਕਰਕੇ ਕਿਹਨੇ ਦਿੱਤੇ ਆ ਕਿ ਅਚਾਰ ਵਾਲੀਆਂ ਕਿਹੜੇ ਭਰੇ ਪਏ ਆ ਉਹ ਤਾਂ ਸਿੱਟਣ ਵਾਲਾ ਅਚਾਰ ਤੂੰ ਉਹ ਔਲਿਆਂ ਦਾ ਅਚਾਰ ਜਿਹਾ ਉਹ ਥੋੜ੍ਹਾ ਜਿਹਾ ਉਹ ਹੋ ਗਿਆ ਖਾਂਦਾ ਤਾਂ ਕੋਈ ਹੋਇਆ ਨਹੀਂ ਉਹੀ ਪਾ ਲਈ ਹਾਲੇ ਮੈਨੂੰ ਇਹ ਕੱਲ੍ਹ ਪਰਸੋਂ ਕਹਿੰਦੇ ਤੀ ਅਚਾਰ ਪਾਉਣ ਔਲੇ ਆ ਕੇ ਕਹਿੰਦੇ ਬਾਜ਼ਾਰ 'ਚ ਲਓ ਜੀ ਤੜਕਾ ਤੁੜਕਾ ਕੱਟ ਲਈਏ ਇਹਨਾਂ ਨੂੰ ਰੋਟੀ ਖਿਲਾ ਦੀਏ ਦਾਲ ਭਾਤ ਆ ਕੱਖ ਨਹੀਂ ਤੜਕ ਕੇ ਹੀ ਪਾਇਆ ਸੀ ਖਾਂਦਾ ਤਾਂ ਕੋਈ ਹੈ ਨਹੀਂ ਆਹ ਤਾਂ ਖਾਣੀ ਤੜਕੀ ਪਈ ਗੱਲ ਪਤਾ ਕੀ ਆ ਜਦ ਦੇਖਣਾ ਹੀ ਡੱਬਾ ਆਪਾਂ ਖੋਲਣਾ ਹੀ ਨਹੀਂ ਕਦੇ ਖਾਣਾ ਨਿੰਬੂ ਦਾ ਅਚਾਰ ਆ ਉਹਨੂੰ ਖਾਂਦੇ ਆ ਅੰਬ ਦਾ ਅਚਾਰ ਆ ਉਹਨੂੰ ਖਾਂਦੇ ਆ ਉਹਨੂੰ ਰੋਜ਼ ਹਿਲਾਉਂਦੇ ਆ ਰੋਜ਼ ਦੇਖਦੇ ਆ ਕਦੇ ਖਰਾਬ ਨਹੀਂ ਹੋਇਆ ਜੇ ਸਾਡੇ ਘਰੇ ਕੋਈ ਹੋਰ ਅਚਾਰ ਆ ਉਹ ਖਰਾਬ ਹੋਊਗਾ ਹੀ ਹੋਊਗਾ ਕਿਉਂਕਿ ਖਾਣਾ ਹੀ ਨਹੀਂ ਤਾਂ ਹੀ ਤਾਂ ਮੈਂ ਐਤਕੀ ਮਿਰਚਾਂ ਦਾ ਨਹੀਂ ਪਾਇਆ ਚੱਲ ਹੁਣ ਕਹਿੰਦੇ ਲੱਗੀਆਂ ਹੋਈਆਂ ਥੋੜ੍ਹੀਆਂ ਹੁਣ ਪਾ ਦੋ ਆਹੋ ਸਿਰਕੇ ਜਿਹੇ ਚ ਪਾ ਦੋ ਆਹ ਹਰੀਆਂ ਜਿਹੀਆਂ ਬਾਲੀਆਂ ਸਵਾਦ ਸੀਗੀਆਂ ਹਾਂ ਆਹੋ ਕੋਈ ਭਈਏ ਭਈਏ ਲੱਗਦੇ ਬੰਦੇ ਬੰਦੇ ਉਹਨਾਂ ਦਿੱਤੀਆਂ ਜਾਂਦੀਆਂ ਉਹ ਤਾਂ ਖਾ ਹੀ ਲੈਂਦੇ ਆਪਾਂ ਹੀ ਘੱਟ ਖਾਂਦੇ ਆਪਾਂ ਘੱਟ ਖਾਂਦੇ ਹਾਂ ਯਾਰ ਗਰਮੀ ਕਿੰਨੀ ਆ ਥੋੜ੍ਹਾ ਲਾ ਦੇ
ਤੇ ਲਓ ਜੀ ਬਹੁਤ ਸਾਰਾ ਹਾਸਾ ਮਜ਼ਾਕ ਕਰਕੇ ਤੇ ਉਸ ਤੋਂ ਬਾਅਦ ਹੋ ਗਿਆ ਲੰਚ ਦਾ ਟਾਈਮ ਤੇ ਮੈਂ ਇੱਥੇ ਬਣਾਉਣ ਲੱਗੀ ਸੀਗੀ ਰੋਟੀ ਦਾਲ ਨੂੰ ਲਾ ਲਿਆ ਸੀ ਆਪਾਂ ਤੜਕਾ ਦਾਲ ਬਣਾਤੀ ਸੀ ਪੀਲੀ ਕਿਉਂਕਿ ਹੋਰ ਕੁਛ ਅੱਜ ਕੱਲ੍ਹ ਵਧੀਆ ਨਹੀਂ ਲੱਗਦਾ ਹੈਗਾ ਹੈ ਨਾ ਹਾਲੇ ਫਿਰ ਵੀ ਬਾਕੀ ਸਾਰੇ ਕਾਸੇ ਨਾਲੋਂ ਪੀਲੀ ਦਾਲ ਬੈਸਟ ਆ ਸਾਰੇ ਮੈਂ ਪੁੱਛ ਕੇ ਬਣਾਇਆ ਸੀਗਾ ਮੈਂ ਕਿਹਾ ਵੀ ਬਣਾ ਲਾ ਭੈਣਾਂ ਕਹਿੰਦੀਆਂ ਬਣਾ ਲਾ ਵੀ ਚੱਲ ਹੈ ਨਾ ਵੀ ਰੋਟੀ ਖਾਧੀ ਜਾਂਦੀ ਆ ਵਧੀਆ ਲੱਗਦੀ ਆ ਉਹਦੇ ਨਾਲ ਵੀ ਹੋਰ ਕੁਛ ਨਹੀਂ ਵਧੀਆ ਲੱਗਦਾ ਹੈਗਾ ਹੈ ਨਾ ਅਤੇ ਲਓ ਜੀ ਇੱਥੇ ਮੈਂ ਬਣਾਉਣ ਲੱਗੀ ਸੀ ਰੋਟੀ ਅਤੇ ਇੰਨਾ ਜ਼ਿਆਦਾ ਹਾਸਾ ਮਜ਼ਾਕ ਚੱਲਦਾ ਸੀ ਜਿਹੜਾ ਬਾਹਰ ਮਤਲਬ ਵੀਡੀਓ ਤੋਂ ਬਾਅਦ ਇਹਨਾਂ ਨੂੰ ਐਂ ਲੱਗ ਸੀਗਾ ਵੀ ਇੱਥੇ ਵੀਡੀਓ ਨਹੀਂ ਔਨ ਹੈਗੀ ਵੀ ਕੈਮਰਾ ਨਹੀਂ ਲੱਗਿਆ ਹੋਇਆ ਕੈਮਰਾ ਓਲੇ 'ਚ ਲੱਗਿਆ ਹੋਇਆ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਹੈ ਨਾ ਵੀ ਜਦੋਂ ਕੈਮਰਾ ਲਾਇਆ ਹੋਇਆ ਸੀ ਉਹਨਾਂ ਨੇ ਇੰਨੀਆਂ ਜ਼ਿਆਦਾ ਹੈ ਨਾ ਵੀ ਮਤਲਬ ਵੋਟਾਂ ਨੂੰ ਰਿਲੇਟਡ ਬਹੁਤ ਜ਼ਿਆਦਾ ਹਾਸਾ ਮਜ਼ਾਕ ਕੀਤਾ ਵੋਟਾਂ ਨੂੰ ਲੈ ਕੇ ਅਤੇ ਲਓ ਜੀ ਰੋਟੀ ਪਾਣੀ ਖਾ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਹਿਤਾ ਮੈਂ ਕਿਹਾ ਬਈ ਮੈਨੂੰ ਭਾਂਡੇ ਚੰਗੇ ਕਰ ਦਿਉ ਵੀ ਮੈਂ ਭਾਂਡੇ ਚੰਗੂੰਗੀ ਹੈ ਨਾ ਅਤੇ ਇਹੀ ਜਿਹੜਾ ਅੱਜ ਇੱਕ ਮੰਜਾ ਹੁੰਦਾ ਸੀ ਇਹੀ ਪਹਿਲਾਂ ਦੋ ਦੋ ਤਿੰਨ ਢਾਈ ਕੁੰਟਲ ਹੁੰਦੇ ਸੀ ਅਤੇ ਹੁਣ ਮੈਂ ਮਤਲਬ ਹੌਲੀ 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 ਆਪਾਂ ਘਟਾਈ ਜਾਂਦੇ ਹਾਂ ਇੱਕੋ ਰਹਿ ਗਿਆ ਯਾਰ ਇਹ ਹੈ ਨਾ ਹੁੰਦੇ ਆ ਜਿਹੜੇ ਆਪਾਂ ਮਤਲਬ ਕਦੇ ਵੀ ਜ਼ਿੰਦਗੀ 'ਚ ਇਹਨਾਂ ਦੇ ਵਿੱਚ ਹੋਣਾ ਖਾਣਾ ਨਾ ਕਦੇ ਖਾਧਾ ਅਤੇ ਨਾ ਵੀ ਇਹ ਹੁੰਦੇ ਆ ਜਿਹੜੀ ਦਿਵਾਲੀ ਨੂੰ ਇਹ ਚੀਜ਼ਾਂ ਦੀ ਸਫਾਈ ਹੁੰਦੀ ਆ ਅਤੇ ਆਪਾਂ ਇਹਨਾਂ ਨੂੰ ਸਿੱਟਦੇ ਵੀ ਨਹੀਂ ਹੈਗੇ ਹੈ ਨਾ ਅਤੇ ਚਲੋ ਜੀ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਇਦ 4:30 ਪੌਣੇ ਕੁ 4 ਵਜੇ ਤਾਂ ਸ਼ਾਇਦ ਭੈਣ ਚਲੀ ਗਈ ਸੀਗੀ ਅਤੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਹੁਣ ਇੱਥੇ ਸਾਡੇ ਅਤੇ ਭਾਂਡਿਆਂ ਦੀ ਮਤਲਬ ਸਾਰੀ ਸੈਟਿੰਗ ਕਰਕੇ ਨਾ ਅੰਦਰ ਰੱਖ ਲੂੰਗੀ ਨੇੜੇ ਅਤੇ ਫਿਰ ਮੈਨੂੰ ਜਿਹੜੇ ਮਤਲਬ ਜਿਹਨਾਂ ਦਾ ਢੱਕਣ ਲਾਉਣੇ ਜਾਂ ਇੱਕੋ ਜਿਹੇ ਗਲਾਸ ਕੌਲੀਆਂ ਕਰਕੇ ਰੱਖਣੇ ਉਹ ਜਲਦੀ ਕੰਮ ਨਿਬੜ ਜਾਂਦਾ ਆ ਅਤੇ ਚਲੋ ਜੀ ਇਹ ਸੀਗਾ ਆਪਣਾ ਅੱਜ ਦਾ ਹੈ ਨਾ ਬਲੌਗ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਅਤੇ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਹਾਂ ਆਪਾਂ ਅਗਲੇ ਵਧੀਆ ਜਿਹੇ ਬਲੌਗ ਦੇ ਨਾਲ ਅਤੇ ਸਾਫ਼ ਸਫਾਈਆਂ ਚੱਲਦੀਆਂ ਹਾਲੇ ਇੱਥੇ ਵੀ ਫਿਨਿਸ਼ ਨਹੀਂ ਹੋਇਆ ਮੈਨੂੰ ਲੱਗਦਾ ਸੀ ਵੀ ਅੱਜ ਕਿਚਨ ਦਾ ਜਿਹੜਾ ਕੰਮ ਆ ਫਿਨਿਸ਼ ਹੋ ਜੂ ਬਟ ਨਹੀਂ ਹੋਇਆ ਚਲੋ ਜੀ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ